दोस्तों सारे की जय देव, जय डुगर, जय श्री राम। और दोस्तों साढ़े ग्रां और साढ़े तला ਦਾ ਅੱਜ ਪੰਜਵਾਂ ਬਾਗ ਮੈਂ ਤੁਸੀਂ ਕੀ ਦੱਸਣ ਲੱਗਾ। ਔਰ ਅੱਜ ਤੁਸੀਂ ਕੀ ਮੈਂ ਜ਼ਿਲ੍ਹਾ ਸਾਂਬਾ ਦੇ ਇੱਕ ਛੋਟੇ ਜਿਹੇ ਗ੍ਰਾਂ ਜਿਹੜਾ ਸਲਮੇਰੀ ਗ੍ਰਾਂ ਉੱਥੇ ਮੈਂ ਲਈ ਆਇਆ। ਔਰ ਤੁਸੀਂ ਸਲਮੇਰੀ ਗ੍ਰਾਂ ਦਾ ਜਿਹੜਾ ਤਲਾਅ ਦਿਖਾ ਰਹੇ ਹੋ, ਦਿਖਣੇ ਕੀ ਬੇਹੱਦ ਖੂਬਸੂਰਤ ਲੱਗਾ ਦਾ, ਲੇਕਿਨ ਜਿਹੜੀ ਡਿਵੈਲਪਮੈਂਟ ਹੈ ਉਹਦੀ ਜ਼ਰੂਰਤ ਹੈ ਇਸ ਜਗ੍ਹਾ ਪਰ। ਮੈਨੂੰ ਲੱਗਾ ਦਾ ਕਿ ਇਹ ਤਲਾਅ ਜਿਹੜਾ ਅੱਛਾ ਹੈ, ਸ਼ਾਨਦਾਰ ਹੈ, ਖੂਬਸੂਰਤ ਤਲਾਅ ਜਿਹੜਾ ਬਣਾਇਆ। ਔਰ ਵੱਡੀ ਜਿਹੜੀ ਗੱਲ ਹੈ, ਇਸ ਜਗ੍ਹਾ ਪਰ ਵੀ ਲੋਕ ਮੱਛੀਆਂ ਕੀ ਆਟਾ ਪਾਉਣ ਆਉਂਦੇ ਨੇ। ਇਸ ਤਲਾਅ ਚ ਮਛਲੀਆਂ ਨੇ ਔਰ ਲੋਕ ਇੱਥੇ ਵੀ ਆਟਾ ਪਾਉਂਦੇ ਨੇ। ਔਰ ਤੁਸੀਂ ਦੇਖਾ ਦਿਓ ਕੰਡਾ ਕੰਡਾ ਜਿਹੜਾ ਇਸੀ ਬੰਨ ਵੀ ਦਿੱਤੇ ਦਾ। ਅਗਰ ਤਲਾਅ ਦੀ ਸਾਫ਼ ਸਫਾਈ ਕੀਤੀ ਜਾ ਸਹੀ ਤਰੀਕੇ ਕੰਨੇ, ਤੇ ਇਹ ਵੀ ਜਿਹੜਾ ਤਲਾਅ ਖੂਬਸੂਰਤ ਤਲਾਅ ਬਣੀ ਸਕਦਾ। ਹਾਲਾਂਕਿ ਅੱਛਾ ਤਲਾਅ ਲੱਗਾ ਦਾ ਔਰ ਖੂਬਸੂਰਤ ਲੱਗਾ ਦਾ, ਕਿਉਂਕਿ ਤਲਾਅ ਦੀ ਖੂਬਸੂਰਤੀ ਕੀ ਹੁੰਦੀ ਹੈ। ਔਰ ਜਿਸਲੇ ਇੱਧਰ ਦੇ ਬਜ਼ੁਰਗਾਂ ਕੰਨੇ ਮੇਰੀ ਗੱਲਬਾਤ ਹੋਈ, ਉਹਨੇ ਇਹ ਬੋਲਿਆ ਕਿ ਜਦੋਂ ਦਾ ਇਹ ਸਲਮੇਰੀ ਗ੍ਰਾਮ ਬਣੇਗਾ ਉਦੋਂ ਦਾ ਲਗਭਗ ਇਹ ਤਲਾਅ। ਔਰ ਇੱਥੇ ਤੁਸੀਂ ਇੱਕ ਪੀਪਲ ਦਾ ਬੂਟਾ ਹੈ ਔਰ ਬਹੁਤ ਪੁਰਾਣਾ ਬੂਟਾ ਹੈ, ਔਰ ਜਿਹਦੇ ਖਾਲਸ ਖੜੁੱਤੇ ਨੇ ਇਹ ਬੋੜ ਦਾ ਬੂਟਾ ਹੈ ਔਰ ਬੋੜੇ ਬੂਟੇ ਖਾਲਸ ਖੜੁੱਤੇ ਤਕਰੀਬਨ ਆਪੂ ਸਾਹਿਬ ਲਾ ਲਓ। ਜਿਹੜਾ ਪੀਪਲ ਦਾ ਬੂਟਾ ਵੱਡਾ ਹੈ, ਇਹ ਘੱਟ ਵੀ ਘੱਟ 150 ਸਾਲ ਪੁਰਾਣਾ ਬੂਟਾ ਹੋਣਾ। ਔਰ ਅੱਜ ਉਹਦੇ ਜਿਹੜੀ ਛਾਵਾਂ ਖੜੁੱਤੇ ਦੇ ਆ, ਔਰ ਤੁਸੀਂ ਦੇਖਾ ਦਿਓ ਇਸ ਤਲਾਅ ਦੀ ਜਿਹੜੀ ਖੂਬਸੂਰਤੀ ਹੈ ਉਹ ਵਿਆਹ ਕਰਾ ਦੀ ਹੈ ਆਪਣੀ ਕਹਾਣੀ। ਕਿ ਪਹਿਲੇ ਮੈਂ ਤੁਸੀਂ ਸੁਣਾਉਣਾ, ਪਹਿਲੇ ਪਾਣੀ ਦੇ ਜਿਹੜਾ ਸਾਧਨ ਹੁੰਦਾ ਸੀ, ਘਰ ਘਰ ਨਲਕੇ ਨਹੀਂ ਹੁੰਦੇ ਸੀ ਲੱਗੇ ਦੇ, ਉਹ ਉਦੋਂ ਹੈਂਡ ਪੰਪ ਵੀ ਨਹੀਂ ਹੁੰਦੇ ਸੀ, ਉਦੋਂ ਸਿਸਟਮ ਚੱਲਦਾ ਸੀ ਤਲਾਏ ਦਾ। ਵਿਆ ਤਲਾਏ ਦਾ ਪਾਣੀ ਟੋਈ ਟੋਈ ਹੈ, ਲੋਕ ਪੀਣੇ ਆਉਂਦੇ ਗੇ। ਗੁੜੇ ਸਲਾਥੀਆ ਤਲਾਅ ਹੈ, ਬਗੁੰਡਾ ਤਲਾਅ ਹੈ, ਉਹਨੇ ਸਲਵੇਰੀਆ ਤਲਾਅ ਤੁਸੀਂ ਦੇਖਿਆ ਦਿਓ, ਜੱਖਾ ਤਲਾਅ ਤੁਸੀਂ ਦੇਖਿਆ, ਬੜੋੜੀ ਦਾ ਦੇਖਿਆ, ਸਮੈਲਪੁਰ ਦਾ ਦੇਖਿਆ, ਔਰ ਸਾਂਬੇ ਤੁਸੀਂ ਕਿੰਨੇ ਤਲਾਅ ਦੇਖਦੇ ਹੋ। ਉੱਥੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਤਲਾਏ ਦੀਆਂ ਸਾਫ਼ ਸਫਾਈਆਂ ਰੱਖਦੇ ਸੀ ਔਰ ਤਲਾਏ 'ਚ ਕੱਪੜੇ ਨਹੀਂ ਧੋਣ ਦਿੰਦੇ ਸੀ, ਤਲਾਏ ਵਿੱਚ ਨਹਾਉਣ ਨਹੀਂ ਦਿੰਦੇ ਸੀ, ਔਰ ਜਿਹੜਾ ਤਲਾਏ ਦਾ ਪਾਣੀ ਸਾਫ਼ ਸੁਥਰਾ ਰੱਖਦੇ ਸੀ, ਕਿਉਂਕਿ ਉਸੇ ਪਾਣੀ 'ਚ ਫਿਰ ਉਹਨਾਂ ਪੀਣਾ ਹੁੰਦਾ। ਇਹ ਅੱਜਾਂ ਦੀ ਗੱਲ ਨਹੀਂ ਕਰਨਾ ਮੈਂ, ਇਹ ਕਈ ਸਾਲੇ ਪੁਰਾਣੀ ਜਿਹੜੀ ਮੈਂ ਗੱਲ ਕਰਾਂ, ਇਤਿਹਾਸ ਜਿਹੜਾ ਦੱਸਦਾ ਹੈ ਕਿ ਤਲਾਏ ਦਾ ਪਾਣੀ ਪਹਿਲੇ ਲੋਕ ਪੀਂਦੇ ਸੀ। ਔਰ ਇਹ ਜਿਹੜਾ ਤਲਾਅ ਸਲਮੇਰੀ ਦਾ ਤਲਾਅ ਤੁਸੀਂ ਦੇਖਾ ਦਿਓ ਵੀਡੀਓ ਦੇ ਮਾਧਿਅਮ ਕੰਨੇ, ਔਰ ਕਿੰਨਾ ਖੂਬਸੂਰਤ ਤਲਾਅ ਹੈ। ਹੁਣ ਅਸੀਂ ਤੁਸੀਂ ਤਲਾਕ ਲਾਈ ਲਓ ਜਾਂ ਛੱਪੜੀ ਕਰਾਈ ਲਓ, ਇਸੀ ਮੈਂ ਪੈਸੇ ਤਲਾਕ ਲਗਾ, ਕਿਉਂਕਿ ਕਾਫੀ ਵੱਡਾ ਹੈ ਔਰ ਛੱਪੜੀ ਛੋਟੀ ਹੁੰਦੀ ਹੈ। ਔਰ ਇਹ ਜਿਹੜਾ ਖੂਬਸੂਰਤ ਤਲਾਅ ਹੈ, ਔਰ ਇਹ ਜਿਹੜਾ ਤਲਾਅ ਹੈ ਗ੍ਰਾਂ ਸਲਮੇਰੀ ਡਿਸਟ੍ਰਿਕਟ ਸਾਂਬਾ ਚ। ਤੇ ਦੋਸਤੋ ਤੁਸੀਂ ਇਹ ਸਾਰਾ ਪੰਜਵਾਂ ਐਪੀਸੋਡ ਕਿੰਨਾ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਸੁਣਾਇਓ। ਔਰ ਮੈਂ ਇਹ ਜਿਹੜੀ ਇੱਕ ਸਟੋਰੀ ਚਲਾਈ ਦੀ ਹੈ, ਇੱਕ ਮੁਹਿੰਮ ਚਲਾਈ ਦੀ ਆਪਣੇ ਤਲਾਏ ਦੀ, ਜ਼ਿਲ੍ਹਾ ਸਾਂਬਾ ਚ ਸਾਡੇ ਕੰਢੀ ਬੈਲਟ ਦੇ ਜਿਹੜੇ ਤਲਾਅ ਨੇ ਉਹ ਮੈਂ ਤੁਸੀਂ ਕੀ ਦੱਸਣਾ। ਔਰ ਆਉਣ ਵਾਲੇ ਸਮੇਂ 'ਚ ਮੈਂ ਤੁਸੀਂ ਕੀ ਆਪਣੇ ਦੂਈ ਸਾਈਡ ਬਾਰਡਰ ਵਾਲੀ ਸਾਈਡ ਦੇ ਜਿਹੜੇ ਤਲਾਅ ਨੇ ਉਹ ਵੀ ਦੱਸਣੇ ਨੇ। ਲਗਭਗ ਸਾਰੇ ਤਲਾਅ ਮੈਂ ਕਵਰ ਕਰਨੇ ਨੇ ਆਸਤਾ ਆਸਤਾ। ਇਹ ਜਿਹੜਾ ਤੁਸੀਂ ਪੰਜਵਾਂ ਬਾਗ ਦਿਖਾਇਓ, ਇੰਨੀਆਂ ਗੇ ਆਸਤਾ ਆਸਤਾ ਜਿਹੜੇ ਐਪੀਸੋਡ ਚੱਲਦੇ ਰਹੋਣੇ। ਜੈ ਹਿੰਦ, ਜੈ ਭਾਰਤ, ਜੈ ਡੁਗਰ।